ਵੀਰਾਵੀ ਇੰਟਰਵਿਊ ਕਈ ਚੈਨਲ ਲੈ ਗਏ ਤੇ ਕਈ ਚੈਨਲ ਦੇ ਉੱਤੇ ਇਹ ਇੰਟਰਵਿਊ ਚੱਲ ਰਿਹਾ ਮੇਰੇ ਚਾਤੂਤ ਇਹ ਟਰੈਕ ਚੱਲ ਰਿਹਾ ਠੀਕ ਹੈ ਤੇ ਉਹ ਲੈ ਗਏ ਉਹ ਉਹਨਾਂ ਦਾ ਮਕਸਦ ਚੈਨਲਾਂ ਦਾ ਕਿ ਲੋਕਾਂ ਦੀ ਸੋਚ ਨੂੰ ਉਹ ਗਿਆਨਤ ਬਣਾਉਣਾ ਨਹੀਂ ਹੈ ਉਹਨਾਂ ਦਾ ਕੰਮ ਹੈ ਦਿਖਾਉਣਾ ਜਿੰਨੇ ਵਾਰ ਦਿਖਾਉਣਗੇ ਉਨੀ ਵਧਣ ਨੂੰ ਆਨਕਮ ਹੋ ਗਏ ਕੋਈ ਚੈਨਲ ਇੰਨਾ ਜਿਆਦਾ ਅਨਸਰਫਲ ਕਿਤੇ ਕੋਈ ਬਾਬਾ ਪੈਦਾ ਕਰ ਦਿੰਦੇ ਨੇ ਕਿਤੇ ਕੋਈ ਚਮਚਕਾਰ ਪੈਦਾ ਕਰ ਦਿੰਦੇ ਨੇ ਤੇ ਪਿਛਲੇ ਸਮੇਂ ਦੇ ਵਿੱਚ ਇੱਕ ਸਾਡੇ ਇਲਾਕੇ ਦੇ ਵਿੱਚ ਇੱਕ ਬੌਣਾ ਬਾਬਾ ਪੈਦਾ ਗਰੰਪੀ ਚੇਮਾ ਵੀਡੀਓ ਦੇਖ ਰਹੇ ਚੈਨਲ ਦੇ ਉਸ ਤੇ ਕੋਈ ਇਧਰ ਪਤਾ ਨਹੀਂ ਸ਼ਾਇਦ ਖੰਨੇ ਕੰਨੀ ਉਧਰ ਬਾਬਾ ਆਇਆ ਤਾਂ ਉਹ ਚੰਨੜ ਨੇ ਤੋਰੇ ਕੀ ਰੇਕੀ ਰੇਕੀ ਨਾਲ ਇਲਾਜ ਕਰਵਾ ਲਿਆ। ਇਹ ਚੰਨੜ ਬੜੇ ਅਰੇ ਖੁੰਬ ਬੰਗੂ ਕਿਰਨ YouTube ਦੇ ਤੇ ਹੋ ਰਾਇਆ ਆਪਣਾ ਚੈਨਲ ਤੇ ਉਹ ਕਾ ਚੰਨੜ ਇਹ ਚੰਨੜ ਬਹੁਤ ਜਰਨ। ਉਹ ਜਾ ਕੇ ਇਹਨਾਂ ਲੋਕਾਂ ਦਾ ਪ੍ਰਚਾਰ ਕਰਦਾ। ਵਿਗਿਆਨ ਨੇ ਸਾਇੰਸ ਨੇ ਬੋਲਾ ਚੰ드ਰਮਾ ਫਿਰ ਮੰਗਲ ਗ੍ਰਹਿ ਇਹ ਉਹ ਸੂਰਜ ਰੋਕੀ ਤੇ ਛਡੇ ਭਾਰਤ ਚ ਕੀ ਹੋ ਰਿਹਾ ਹੈ ਭਾਰਤੀ ਰੋਕੀ ਪਿਛਲਾ ਕੋਈ ਮੇਰੇ ਖ ਪੰਜ ਛੇ ਮਹੀਨੇ ਹੋ ਗਏ ਉਹ ਤਾਂ ਮੈਂ ਕੋਈ ਵੀਡੀਓ ਦੇਖੀ ਸੀਗੀ ਸੇਰ ਵੀਡੀਓ ਤੇ ਇੱਕ ਕੋਈ ਗਦਾ ਹੈਗਾ ਪੰਨਾ ਲਾਲ ਗਦਾ ਉਸ ਨੂੰ 70 ਲੱਖ ਲੋਕਾਂ ਨੇ ਲਾਈਕ ਕੀਤਾ ਤਰਕਸ਼ੀਲ ਟੀਵੀ ਦੇਖ ਰਹੇ ਦੋਸਤੋ ਤਰਕਸ਼ੀਲ ਟੂਟੀ ਬੋਲੋ ਨਮਸਕਾਰ ਅਕਸਰੀ ਜਿਵੇਂ ਬਿਲਕੁਲ ਬਹੁਤ سارے ਸਵਾਲ ਤੇ ਫੋਨ ਆਉਂਦੇ ਰਹਿੰਦੇ ਨੇ ਇੱਕ ਮੇਰੀ ਪਿਛਲੀ ਵੀਡੀਓ ਦੇ ਵਿੱਚ ਇੱਕ ਦੋਸਤ ਨੇ ਸਵਾਲ ਕੀਤਾ ਸੀ ਇਹਦੇ ਵਿੱਚ ਕਿ ਜਨਰਲ ਤੇ ਇਤਿਰ ਕੋਲ ਫੋਨ ਕਿੱਥੋਂ ਆਉਂਦੇ ਨੇ ਤੋ ਹਰੇਕ ਵੀਡੀਓ ਚ ਕਹਿ ਦੇਣਾ ਕਿ ਮੈਨੂੰ ਫੋਨ ਆਉਂਦੇ ਨੇ ਮੈਨੂੰ ਸਵਾਲ ਆਉਂਦੇ ਨੇ ਦੋਸਤੋ ਮੈਂ ਮਤਲਬ ਸੋਸ਼ਲ ਮੀਡੀਆ 'ᱨਾਹੀ ਤਕਰੀਬਨ ਮੇਰੇ ਖੜ ਵੀ ਸੈਂਕੜੇ ਲੋਕਾਂ ਨਾਲ ਜੁੜਿਆ ਹੈ ਸੈਂਕੜੇ ਲੋਕ ਉਹ ਨੇ ਜਿਹੜੇ ਲੋਕ ਪਰਸਨਲੀ ਮੈਨੂੰ ਫੋਨ ਕਰਦੇ ਨੇ ਜਾਂ ਮੈਨੂੰ ਸਵਾਲ ਕਰਦੇ ਨੇ ਕੁਝ ਸੋਸ਼ਲ ਮੀਡੀਆ ਤੇ ਸਾਰੇ ਲੋਕ ਹੀ ਜੁੜੇ ਨੇ ਤੇ ਸਾਰੇ ਲੋਕਾਂ ਦੇ ਨਾਲ ਹਜ਼ਾਰਾਂ ਲੋਕ ਜੁੜੇ ਹੋਏ ਨੇ ਪਰ ਮੇਰੇ ਨਾਲ ਉਹ ਲੋਕ ਜੁੜੇ ਹੋਏ ਨੇ ਜਿਹੜੇ ਪਰਸਨਲੀ ਗੱਲਬਾਤ ਕਰਦੇ ਨੇ ਉਹਨਾਂ ਦੇ ਆਧਾਰ ਤੇ ਹੀ ਮੈਂ ਗੱਲਬਾਤ ਕਰਦਾ ਹੁੰਦਾ ਆ ਆਮ ਮੈਂ ਕੋਈ ਕਿਸੇ ਕਮੈਂਟ ਦੇ ਉੱਤੇ ਕਿਸੇ ਵੀਡੀਓ ਦੇ ਉੱਤੇ ਗੱਲ ਨਹੀਂ ਕਰਦਾ ਹੁੰਦਾ ਪਰ ਅੱਜ ਮੈਂ ਗੱਲ ਕਰਨ ਹੈਗਾ ਵੀਡੀਓ ਦੇ ਉੱਤੇ ਲੈ ਕੇ ਦੋਸਤੋ ਜਦੋਂ ਗੱਲ ਆਉਂਦੀ ਸੋਚ ਦੀ ਵੀ ਸਾਡਾ ਸਮਾਜ ਕਿੱਥੋਂ ਤੱਕ ਸੋਚ ਰਿਹਾ ਹੈ ਕੀ ਕਰ ਰਿਹਾ ਹੈ ਜਾਂ ਸਾਡੇ ਲੋਕ ਕੀ ਕਰ ਸੋਚਣੇ ਲੱਗੇ ਇਹਦੇ ਵਿੱਚ ਅੱਜ ਮੈਂ ਤੁਹਾਡੇ ਸਾਹਮਣੇ ਦੋ ਗੱਲਾਂ ਲੈ ਕੇ ਆ ਰਿਹਾ ਹਾਂ ਉਸ ਤੋਂ ਪਹਿਲਾਂ ਕਿ ਪਿਛਲੇ ਸਮੇਂ ਦੇ ਵਿੱਚ ਜੋ ਕੁਝ ਦੇਖਣ ਨੂੰ ਮਿਲ ਰਿਹਾ ਹੈ ਤੇ ਮੇਰਾ ਵੀ ਇੰਟਰਵਿਊ ਕਈ ਚੈਨਲ ਲੈ ਕੇ ਗਏ ਨੇ ਕਈ ਚੈਨਲਾਂ ਦੇ ਉੱਤੇ ਮੇਰਾ ਇੰਟਰਵਿਊ ਚੱਲ ਰਿਹਾ ਹੈ ਮੇਰੇ ਜਾਦੂ ਦੇ ਟ੍ਰੈਕ ਚੱਲ ਰਹੇ ਨੇ ਠੀਕ ਹੈ ਤੇ ਉਹ ਲੈ ਗਏ ਹੁਣ ਉਹਨਾਂ ਦਾ ਮਕਸਦ ਚੈਨਲਾਂ ਦਾ ਕਿ ਲੋਕਾਂ ਦੀ ਸੋਚ ਨੂੰ ਵਿਗਿਆਨਕ ਬਣਾਉਣਾ ਨਹੀਂ ਹੈ ਉਹਨਾਂ ਦਾ ਕੰਮ ਹੈ ਵਿਊ ਲੈਣਾ ਜਿੰਨੇ ਵੱਧ ਵਿਊ ਆਉਣਗੇ ਉੰਨੇ ਵੱਧ ਉਹਨਾਂ ਨੂੰ ਇਨਕਮ ਹੋਊਗੀ ਉਹ ਉਹਦੇ ਉਹ ਤੋਂ ਪਹਿਲਾਂ ਮੈਥੋਂ ਪਹਿਲਾਂ ਸਾਡੀ ਤਰਖਸ ਜਿਹੜੀ ਦਾ ਸਾਥੀ ਹੈਗਾ ਰਾਮ ਕੁਮਾਰ ਪਟਿਆਲਾ ਉਹਦੇ ਇੰਟਰਵਿਊ ਦੇ ਉਹਦੇ ਜਾਦੂ ਦੇ ਟਰੱਕ ਵੀ ਚੱਲ ਰਹੇ ਨੇ ਜਿਹੜੇ ਉਹ ਲੋਕ ਸਿਰਫ ਵਰਤ ਰਹੇ ਨੇ ਹਰ ਉਸ ਚੀਜ਼ ਨੂੰ ਜਿੱਥੇ ਉਹਨਾਂ ਨੂੰ ਪੈਸਾ ਬਣਦਾ ਹੈ ਤਾਂ ਉਹਦੇ ਵਿੱਚ ਮੈਂ ਕਿਤੇ ਦੱਸਣਾ ਚਾਹੁੰਦਾ ਜਿਹੜੀ ਜੀ ਮੈਂ ਲੈ ਕੇ ਆ ਰਿਹਾ ਅੱਜ ਉਹੀ ਚੈਨਲ ਇੰਨਾ ਜਦਾ ਅਨਫਸਾਸ ਫੈਲਾ ਰਹੇ ਨੇ ਕਿਤੇ ਕੋਈ ਬਾਬਾ ਪੈਦਾ ਕਰ ਦਿੰਦੇ ਨੇ ਕਿਤੇ ਕੋਈ ਚਮਤਕਾਰ ਪੈਦਾ ਕਰ ਦਿੰਦੇ ਨੇ ਤੇ ਪਿਛਲੇ ਸਮੇਂ ਦੇ ਵਿੱਚ ਇੱਕ ਸਾਡੇ ਇਲਾਕੇ ਦੇ ਵਿੱਚ ਇੱਕ ਬੌਣਾ ਬਾਬਾ ਪੈਦਾ ਕੀਤਾ ਉਹਨਾਂ ਨੇ ਉਸ ਬੌਣੇ ਬਾਬੇ ਦੀ ਉਮਰ 26 ਸਾਲ ਹੋਗੀ ਤੇ ਮੇਰੇ ਇਲਾਕੇ ਤੋਂ ਸਾਰਾ 20 ਕਿਲੋਮੀਟਰ ਆ। 24 25 ਸਾਲ ਪਹਿਲਾਂ 25 ਸਾਲ ਤੋਂ ਸਾਨੂੰ ਨਹੀਂ ਪਤਾ ਲੱਗਾ ਕਿ ਬੌਣਾ ਬਾਬਾ ਵੀ ਇੱਥੇ ਹੈਗਾ। ਪਰ ਹੋਇਆ ਕਿ ਕਿ ਪਿਛਲੇ ਸਾਲ ਉਹ ਕੁਛ ਚੈਨਲ ਵਾਲੇ ਇੰਟਰਵਿਊ ਲੈ ਗਏ ਉਹਦਾ ਲਿਜਾ ਕੇ ਨੇ ਉਹਦੇ YouTube ਤੇ ਤੇ Facebook ਤੇ ਪਾਤੇ ਉਹ ਬਾਬਾ ਚੜ ਗਿਆ। ਅਜ ਉਸ ਬਾਬੇ ਚੜਾਈ ਹੋਗੀ। ਸਸਨੂ ਵੀ ਉਹਨਾਂ ਚੈਨਲ ਤੋਂ ਬਦਲ ਗਿਆ ਵੀ ਇੱਥੇ ਕੋਈ ਬੌਣਾ ਬਾਬਾ ਵੀ ਹੈਗਾ ਜਿਹੜੇ ਇਹ ਕਰਾਮਾਤ ਹੈ ਇਹਨਾਂ ਚੈਨਲਾਂ ਵਾਲਿਆਂ ਦੀ ਕਿਤਨਾ ਕਿਤੇ ਕੋਈ ਨਵਾਂ ਤੇ ਨਵਾਂ ਬਾਬਾ ਹੀ ਪੈਦਾ ਕਰ ਰਹੇ ਨੇ ਸਿਰਫ ਕਾਦੇ ਵਾਸਤੇ ਆਪਦੇ ਵੀਊ ਵਾਸਤੇ ਆਪਦੀ ਕਮਾਈ ਵਾਸਤੇ ਇਹਨਾਂ ਦਾ ਮਕਸਦ ਲੋਕ ਨਹੀਂ ਹੈ ਸਮਾਜ ਨਹੀਂ ਹੈ ਅੱਜ ਪੰਜਾਬ ਦੇ ਵਿੱਚ ਕੀ ਦੁਖਾਂਤ ਹੈ ਕੀ ਸਮस्याਵਾਂ ਨੇ ਕੀ ਦੁਖਦਰਦ ਲੋਕਾਂ ਦਾ ਲੋਕ ਕਿਵੇਂ ਜ਼ਿੰਦਗੀ ਜਿਉ ਰਹੇ ਨੇ ਕੋਈ ਮਤਲਬ ਨਹੀਂ ਨਾ ਲੋਕਾਂ ਨੂੰ ਇਹਨਾਂ ਚੈਨਲਾਂ ਮਿਲਣ। ਇਹਨਾਂ ਦਾ ਮਤਲਬ ਇਹ ਵੀ ਸਾਨੂੰ ਕਿੱਥੋਂ ਵੱਧ ਵਿਊ ਮਿਲਦੇ ਨੇ ਤੇ ਲੋਕ ਕਿਹੜੇ ਪਾਸੇ ਜਾ ਰਹੇ ਨੇ। ਇੱਕ ਹੁਣ ਪਿੱਛੇ ਮੈਂ ਵੀਡੀਓ ਦੇਖ ਰਿਹਾ ਤੇ ਚੈਨਲ ਦੇ ਉੱਤੇ ਇੱਕ ਕੋਈ ਇੱਧਰ ਪਤਾ ਨਹੀਂ ਸ਼ਾਇਦ ਖੰਨੇ ਕ ਨਹੀਂ ਉਧਰ ਬਾਬਾ ਹੈਗਾ। ਉਹ ਕਿਸ ਚੈਨਲ ਨੇ ਕਿਤੇ ਔਰੇਖੀ ਔਰੇਖੀ ਨਾਲ ਇਲਾਜ ਕਰਦੇ ਲੋਕਾਂ ਦਾ। ਉੱਚਾ ਉਤਰਨੇ ਰਤੂ ਰਤ ਅੰਟਰੂ ਲੈ ਲਿਆ ਲੋਕਾਂ ਦੇ ਮੂੰਹਾਂ ਮਰ ਜਾ ਕੇ ਮੈਂ ਘੜਾਤੇ ਹੁਣ ਲੋਕਾਂ ਦੀ ਮਾਨਸਿਕਤਾ ਦਾ ਮਤਲਬ ਬਹੁਤ ਜਿਵੇਂ ਕਹਿੰਦੇ ਥੱਲੇ ਖੜੀ ਹੈ ਤੇ ਉਹਦਾ ਫਾਇਦਾ ਇਹ ਲੋਕ ਉਠਾਉਂਦੇ ਨੇ ਤੋਂ ਉੱਥੇ ਮੈਂ ਕੀ ਦੇਖ ਕੇ ਕੀ ਸਟੱਡੀ ਕੀਤੀ ਕੋਈ ਕਹਿੰਦਾ ਜੀ ਮੈਂ ਅਮਰੀਕਾ ਤੋਂ ਵੀ ਇਲਾਜ ਕਰਾਇਆ ਉਥੋਂ ਠੀਕ ਨਹੀਂ ਹੋਇਆ ਤੇ ਆ ਕੇ ਉਹ ਰੇਕੀ ਵਾਲੇ ਬਾਬੇ ਨੇ ਠੀਕ ਕਰਤਾ ਯਾਰ ਕਮਾਲ ਦੀ ਗੱਲ ਹੈ ਦੁਨੀਆਂ ਦਾ ਐਡਾ ਵੱਡਾ ਤੇ ਗ੍ਰିକਲ ਦੇਸ਼ ਉਥੋਂ ਠੀਕ ਨਹੀਂ ਹੋਇਆ ਤੇ ਉਸ ਬਾਬੇ ਨੇ ਆ ਕੇ ਠੀਕ ਕਰਤਾ ਉਹਨੇ ਫੂਕਾਂ ਮਾਰੀਆਂ ਕੋਈ ਮਤਲਬ ਉਹਨੇ ਕੀ ਕੀਤਾਗਾ ਠੀਕ ਕਰਤਾ ਲੈ ਗਿਆ ਉਹਦੇ ਇੱਕ ਡਾਕਟਰ ਵੀ ਹੈ ਜਿਹੜਾ ਕਹਿੰਦਾ ਵੀ ਮੈਂ ਤਾਂ ਜੀ ਮੈਂ ਇਲਾਜ ਕਰਦਾ ਤਾਂ ਬਾਬਾ ਜੀ ਦਾ ਗੁਰੂ ਜੀ ਦਾ ਨਾਮ ਲੈ ਕੇ ਉਹ ਬੜਿਆ ਮਾਨਸਾ ਤੂੰ MBBS ਕੀਤੀ ਹੈ ਚੜੀ 50 ਲੱਖ ਰੁਪਏ ਲਾਇਆ 5 ਸਾਲ ਤੂੰ ਪੜਾਈ ਕੀਤੀ ਹੈ ਕਿਉਂ ਪੈਸਾ ਬਰਬਾਦ ਕੀਤਾ ਤੂੰ ਤੂੰ ਪਹਿਲੇ ਬਾਬਾ ਜੀ ਕੋਲ ਜਿਹੜਾ ਜਾਂਦਾ ਹੁਣ ਜਿਹੜੇ ਮੁਲਕ ਦੇ ਵਿੱਚ ਇੱਕ ਡਾਕਟਰ ਹੀ ਗੱਲ ਕਹਿ ਰਿਹਾ ਕਿ ਮੈਂ ਬਾਬਾ ਜੀ ਦੇ ਆਸ਼ੀਰਵਾਦ ਨਾਲ ਲੋਕਾਂ ਦਾ ਇਲਾਜ ਕਰ ਰਿਹਾ ਹਾਂ ਕੀ ਬਣੂਗਾ ਇਸ ਦੇ ਕੀ ਬਣੂਗਾ ਲੋਕਾਂ ਦਾ ਤੇ ਕੀ ਮਾਨਸਿਕ ਦਾ ਉਹਨਾਂ ਲੋਕਾਂ ਦੀ ਤੇ ਉਸ ਤੋਂ ਵੀ ਗਾਹਾਂ ਮਤਲਬ ਕੋਈ ਨਹੀਂ ਮੇਰੇ ਗੋੜਿਆਂ ਦਾ ਇਲਾਜ ਠੀਕ ਹੋ ਗਿਆ ਮੇਰੀ ਕੈਂਸਰ ਦਾ ਮੈਂ ਕੈਂਸਰ ਠੀਕ ਹੋ ਗਿਆ ਇਹ ਯਰ ਇੱਕ ਸਿਸਟਮ ਹੈ ਡਾਕਟਰ ਨੇ ਸਰਕਾਰਾਂ ਨੇ ਅਰਬਾਂ ਖਰਬਾਂ ਰੁਪਇਆ ਖਰਚ ਕਰ ਦਿੱਤੀਆਂ ਨੇ ਦੂਜੀ ਬਸੇ ਇਹ ਜੇ ਬਾਬੇ ਜਿਹੜੇ ਮਤਲਬ ਹੱਥ ਫੇਰ ਕੇ ਹੀ ਪੂਰੀਆਂ ਬਿਮਾਰੀਆਂ ਦਾ ਇਲਾਜ ਕਰਦੇ ਨੇ ਤੇ ਲੋਕੋਨਾਂ ਦੇ ਮਗਰ ਜਾਈ ਜਾਂਦੇ ਨੇ ਹਾਲਾਂਕਿ ਉਹਦੇ ਵਿੱਚ ਇਹ ਜੇ ਕੇਸ ਬਹੁਤ ਸਾਰੇ ਮੈਂ ਪ੍ਰੈਕਟੀਕਲ ਕਰਨ ਵੀ ਇਹ ਜੇ ਬਹੁਤ ਸਾਰੇ ਕੇਸ ਇਹ ਜੇ ਆਏ ਨੇ ਸਾਡੇ ਕੋਲੇ ਸੈਟੀ ਕੋਲੇ ਕਿ ਜਿਹੜੇ ਅਜੋ ਲੋਕ ਕਹ ਰਹੇ ਨੇ ਕਿ ਮੈਂ ਬਾਬੇ ਕੋਲ ਗਿਆ ਸੀਗਾ ਜੀ ਮੇਰੇ ਕੋਲ ਤਾਂ ਮਤਲਬ ਇਹ ਮੇਰਾ ਕੈਂਸਰ ਇਲਾਜ ਕਰਤਾ ਮੇਰਾ ਫਰਲਾਣਾ ਇਲਾਜ ਕਰਤਾ ਉਹ ਲੋਕ ਮਰਦੇ ਵੀ ਉਹਨਾਂ ਬਿਮਾਰੀਆਂ ਦੇ ਨਾਲ ਹੀ ਆ ਉਹ ਹੁੰਦਾ ਕੀ ਹੈ ਇੱਕ ਮਾਨਸਿਕ ਤੌਰ ਤੇ ਥੋੜਾ ਜਾ ਉਹਨਾਂ ਦਾ ਵੀ ਬਾਬਾ ਜੀ ਕੋਲ ਗਏ ਗੁਰੂ ਜੀ ਕੋਲ ਗਏ ਪਰਮਾਤਮਾ ਕੋਲ ਗਏ ਸੀ ਤੇ ਉਹਨੇ ਕਰਤੇ ਮੈਂ ਠੀਕ ਹੋ ਗਿਆ ਉਹ ਕੁਝ ਸਮੇਂ ਲਈ ਮਾਨਸਿਕ ਤੌਰ ਤੇ ਰਿਲੈਕਸ ਮਹਿਸੂਸ ਕਰ ਸਕਦਾਗਾ ਪਰ ਐਕਚੁਅਲੀ ਉਹਦਾ ਨਤੀਜਾ ਕੀ ਹੁੰਦਾਗਾ ਕਿ ਉਹਦੋਂ ਬਹੁਤ ਉਹ ਡਾਕਟਰੀ ਇਲਾਜ ਨਹੀਂ ਕਰਵਾਉਂਦਾ ਜੇ ਜੇਕਰ ਬੰਦਾ ਵੀ ਹੈਗਾ ਤਾਂ ਚਲੋ ਉਹ ਬਿਮਾਰੀਆਂ ਨੂੰ ਮੰਨ ਲਓ ਕੈਂਸਰ ਦਾ ਮਰੀਜ਼ ਹੈ ਇਹ ਡੈਥ ਹੁਣੀ ਹੈ ਉਹ ਕੈਂਸਰ ਮੀ 5 6 7 ਸਾਲ ਜਿਊਗਾ ਉਹ ਉਹ ਉਸੇ ਬਿਮਾਰਾਂ ਨੂੰ ਨੇ ਮਰਨਾ ਹੈਗਾ ਤੇ ਉਹ ਮਰ ਜੂਗਾ ਤੇ ਮਰ ਗਿਆ ਉਹ ਉਸ ਵਕ ਕੀ ਕਹਣਗੇ ਵੀ ਯਾਰ ਮਤਲਬ ਇਹ ਤਾਂ ਲਿਖੀ ਸੀ ਦੀ ਐਨੀ ਕਿ ਲਿਖੀ ਸੀਗੀ ਪਰ ਉਸ ਬਾਬੇ ਨੂੰ ਜਾ ਕੇ ਨਹੀਂ ਪੁੱਛਣਾ ਇਹ ਤੂੰ ਆਸ਼ੀਰਵਾਦ ਦਿੱਤਾ ਸੀਗਾ ਤੂੰ ਹੱਥ ਫੇਰੇ ਸੀ ਤੂੰ ਇਲਾਜ ਕਰਿਆ ਸੀਗਾ ਪਰ ਸਾਡਾ ਮਰੀਜ਼ ਤਾਂ ਫੇਰ ਮਰ ਗਿਆ ਉਹ ਕਿਉਂ ਮਰਿਆ ਉਹ ਨਹੀਂ ਪੁੱਛਦੇ ਲੋਕ ਕੋਈ ਐਨੀ ਸਾਡੇ ਲੋਕਾਂ ਦੀ ਸੋਚ ਹੀ ਨਹੀਂ ਆ ਸੋ ਦੋਸਤੋ ਦੁਨੀਆ ਇੱਕ ਪਾਸੇ ਕਿੱਥੇ ਪਹੁੰਚ ਗਈ ਹੈ ਵਿਗਿਆਨ ਕਿੱਥੇ ਪਹੁੰਚ ਗਿਆ ਦੂਜੀ ਵਾਰ ਸਾਡੇ ਲੋਕ ਕਿੱਥੇ ਖੜੇ ਨੇ ਇੱਕ ਮਾੜਾ ਜਿਹਾ ਬਾਬਾ ਪੈਦਾ ਹੁੰਦਾ ਹੈਗਾ ਤੇ ਆਹ ਚੈਨਲਾਂ ਬੜੇ ਆ ਜਿਹੜੇ ਖੁੰਭਾ ਵਾਂਗੂ ਗਿਰੇ ਨੇ YouTube ਦੇ ਉੱਤੇ ਹੋਰ ਹੈਗਾ ਆ ਫਲਾਣਾ ਚੈਨਲ ਧੌਂਕਾ ਚੈਨਲ ਇਹ ਚੈਨਲ ਉਹ ਚੈਨਲ ਠੀਕ ਉਹ ਜਾ ਕੇ ਇਹਨਾਂ ਲੋਕਾਂ ਦਾ ਪ੍ਰਚਾਰ ਕਰਦੇ ਆ ਤੇ ਲੋਕਾਂ ਦੀ ਪੀੜ ਹੋਣ ਦੇ ਮਗਰ ਲੱਗ ਜਾਂਦੀ ਆ ਹੁਣ ਪਿਛਲੇ ਦਿਨਾਂ ਦੇ ਵਿੱਚ ਇੱਕ ਵੀਡੀਓ ਮੈਂ ਹੋਰ ਦੇਖੀ ਆ ਵੀਡੀਓ ਕੀ ਮੇਰੇ ਦਾ ਮਤਲਬ ਅ ਅਧਿਆਨ ਹੀ ਚੱਲਦਾ ਹੈਗਾ ਦੋ ਵੀਡੀਓ ਦੇਖੇ ਨੇ ਕਮਾਲ ਦੀ ਗੱਲਾਂ ਨੇ ਉਹਨਾਂ ਦੇ ਵਿੱਚ ਇੱਕ ਕੀ ਹੈ ਕਿ ਨਾਸਾ ਦੇ ਵਿਗਿਆਨੀ ਆ ਨੇ ਸੂਰਜ ਦੇ ਉੱਤੇ ਇੱਕ ਰੋਬਰ ਛੱਡਿਆ ਭੇਜਿਆ ਹੈ ਉੱਥੇ ਲਗਾ 2018 ਤੋਂ ਲੈ ਕੇ 2018 ਜਿਹਨਾਂ ਨੇ ਮਤਲਬ ਲਾਂਚ ਕੀਤਾ ਸੀਗਾ ਤੇ ਹੁਣ ਉਹਦੀ ਰਿਪੋਰਟ ਆਈ ਹੈਗੀ ਆ ਵੀ ਜਿਹੜਾ ਸੂਰਜ ਜਿਹਨੂੰ ਕਹਿੰਦੇ ਸੀਗੇ ਵੀ ਇਹ ਮਤਲਬ ਸਭ ਤੋਂ ਗਰਮ ਹੈਗਾ ਤੇ ਕੋਈ ਚੀਜ਼ ਉਹਦੇ ਨੇੜੇ ਨਹੀਂ ਜਾ ਸਕਦੀ ਵਿਗਿਆਨ ਨੇ ਸਾਇੰਸ ਨੇ ਪਹਿਲਾਂ ਚੰ드ਰਮਾ ਫਿਰ ਮੰਗਲ ਗਏ ਤੇ ਹੁਣ ਸੂਰਜ ਦਾ ਰੋਖ ਕੀਤਾ ਨਾਸਾ ਦੇ ਬੁਗਿਆਨੇ ਸੂਰਜ ਤੱਕ ਪਹੁੰਚ ਗਿਆ ਤੇ ਉਸ ਰੋਬਰ ਨੇ ਮਤਲਬ ਉਥੋਂ ਤਸਵੀਰਾਂ ਭੇਜਣਾ ਸ਼ੁਰੂ ਕਰਤੀਆਂ ਤੇ ਔਣ ਵਾਲੇ ਸਮੇਂ ਦੇ ਵਿੱਚ ਸੂਰਜ ਦਾ ਅਧਿਐਨ ਹੋ ਜਾਊਗਾ ਉਹ ਕਰਨਗੇ ਜਿਵੇਂ ਆਮ ਸੁਣ ਚਾਉਂਦਾ ਹੈਗਾ ਵੀ ਮ ਆਪਣੇ ਚੰ드ਰਮਾ ਤੇ ਬਸਤੀਆਂ ਬਸਾਉਣ ਦੀ ਕੀਤੀ ਜਾ ਰਹੀ ਹੈ ਗਿਆ ਵਿਗਿਆਨ ਵੱਲੋਂ ਸਾਇੰਸ ਵੱਲੋਂ ਮੰਗਲ ਗ੍ਰਹਿ ਤੇ ਪਾਣੀ ਖੋਜਿਆ ਜਾ ਰਿਹਾ ਹੈ ਤੇ ਸੂਰਜ ਦੇ ਵਿੱਚ ਉਹ ਕੁਝ ਹੋਰ ਖੋਜਿਆ ਜਾਊਗਾ ਦੂਜੇ ਪਾਸੇ ਸਾਡੇ ਭਾਰਤ ਚ ਕੀ ਹੋ ਰਿਹਾ ਹੈ ਭਾਰਤੀ ਲੋਕੀ ਪਿਛਲੇ ਕੋਈ ਮੇਰੇ ਖਿਆਲ ਪੰਜ 6 ਮਹੀਨੇ ਹੋ ਗਏ ਉਹ ਤੋਂ ਮੈਂ ਇੱਕ ਵੀਡੀਓ ਦੇਖੀ ਸੀਗੀ ਸਿਹਰ ਵੀਡੀਓ ਦੇ ਥਕੇ ਇੱਕ ਕੋਈ ਗਧਾ ਹੈਗਾ ਪੰਨਾ ਲਾਲ ਗਧਾ ਉਹ ਪਰਦਰਸ਼ਨੀ ਕਰਦਾ ਹੈ ਲੋਕਾਂ ਜਾਂਦਾ ਉਹਦਾ ਗਧੇ ਦਾ ਮਾਰਕੀਟ ਲੈ ਕੇ ਨੂੰ ਤੇ ਉੱਥੇ ਉਹਦਾ ਤਾਮ-ਜਾਮ ਸਾਰਾ ਕੁਝ ਲਾਉਂਦਾ ਹੈਗਾ ਲੋਕ ਬੈਠੇ ਹੁੰਦੇ ਨੇ ਤੇ ਗਧਾ ਉਹਨਾਂ ਲੋਕਾਂ ਦੇ ਵਿੱਚੋਂ ਪਹਿਚਾਨ ਕਰਦਾ ਹੈ ਉਹਦਾ ਮਾਰਕਸ ਸਵਾਲ ਕਰਦਾ ਹੈ ਜੇ ਲੋਕ ਬੈਠੇ ਹੁੰਦੇ ਨੇ ਵੀ ਪਈ ਕੀ ਅੱਜ ਤੋਂ ਇਹ ਦੱਸ ਜਿਹੜਾ ਇਦਾਂ ਲੋਕ ਜਿਹੜੇ ਲੋਕ ਬੈਠੇ ਨੇ ਇਹਦੇ ਵਿੱਚ ਅੱਜ ਨਾ ਕੇ ਕੋਣ ਨਹੀਂ ਆਇਆ ਗੁਰਾ ਜਾ ਕੇ ਉਹਦੇ ਸਾਹਮਣੇ ਖੜਾ ਹੋ ਜਾਂਦਾ ਉਹ ਕਹਿੰਦਾ ਜੀ ਮੈਂ ਅੱਧਾ ਸੱਚੀ ਮੈਂ ਅੱਜ ਨਾ ਕੇ ਨਹੀਂ ਆਇਆ ਅੱਗੇ ਇਹਦਾ ਜੀ ਕਿਹੜਾ ਬੰਦਾ ਅਜੇ ਰੋਟੀ ਨਹੀਂ ਖਾ ਕੇ ਆਇਆ ਗੁਰਾ ਉਹਦੇ ਮਰ ਜਾ ਖੜਾ ਜਾਂਦਾ ਕਿਹੜੇ ਬੰਦੇ ਨੇ ਅੱਜ ਗੋਬੀ ਦੀ ਸਮਝ ਰੋਟੀ ਖਾਧੀ ਹੈ ਗਦਾ ਜਗ ਦੇ ਮੁਰ ਖੜਾ ਜਾਂਦਾ ਤੇ ਲੋਕ ਵਾਹ ਵਾਹ ਕਰੀ ਜਾਂਦੇ ਆ ਉਹ ਵੀਡੀਓ ਵੀ ਕਿਸੇ ਮਿੱਤਰ ਨੇ ਮੈਨੂੰ ਭੇਜੀ ਸੀਗੇ ਤੇ ਉਹ ਵੀਡੀਓ ਵਿੱਚ ਕਮਾਲ ਦੀ ਗੱਲ ਕੀ ਹੈ ਕਿ ਉਸ ਨੂੰ 70 ਲੱਖ ਲੋਕਾਂ ਨੇ ਲਾਈਕ ਕੀਤਾ ਤੇ ਗਦੇ ਦੀ ਵੀਡੀਓ ਨੂੰ 70 ਲੱਖ ਲੋਕਾਂ ਨੇ ਲਾਈਕ ਕੀਤਾ ਮਾਲੂ ਤੇ ਜਿਹੜਾ ਆ ਰੋਵਰ ਵਾਲੀ ਗੱਲ ਮੈਂ ਤੁਹਾਨੂੰ ਸੁਸਾਈ ਆ ਵੀ ਸੂਰਜ ਦੇ ਗ੍ਰਹਿ ਦੇ ਚ ਗਿਆ ਉਹਨੂੰ ਅੱਜ ਤੱਕ 5000 ਲੋਕਾਂ ਨੇ ਵੀ ਲਾਇਕ ਨਹੀਂ ਕੀਤਾ ਇਹ ਸਾਡੇ ਭਾਰਤੀ ਲੋਕਾਂ ਦੀ ਤਸਵੀਰ ਹੈ ਜੇ ਕੋਈ ਇਹ ਜਾਣਕਾਰੀ ਵਾਲੀ ਵੀਡੀਓ ਵਿਗਿਆਨ ਵਾਲੀ ਵੀਡੀਓ ਯਗ ਹੈ ਜੇ ਮੈਟਰ ਕੋਈ ਬੰਦਾ ਪਾ ਦੇ ਉਹਨੂੰ 5000 ਬੰਦਾ ਵੀ ਲਾਇਕ ਨਹੀਂ ਕਰਦਾ ਜੇ ਮੰਨੋਂ 5000 ਬੰਦਾ ਲਾਈਕ ਕਰ ਵੀ ਦੇਵੇ ਤਾਂ 500 ਬੰਦਾ ਦੇ ਵਿੱਚੋਂ ਗਾਲਾਂ ਕੱਢਣ ਵਾਲਾ ਹੋਊਗਾ ਤੇ ਦੂਜੀ ਵਾਰ ਉਸ ਗਦੇ ਦੀ ਵੀਡੀਓ ਨੂੰ 70 ਲੱਖ ਲੋਕਾਂ ਨੇ ਲਾਈਕ ਕੀਤਾ ਭਾਰਤੀ ਲੋਕਾਂ ਨੇ ਜਿਹੜੇ ਪ ਕਹਿ ਸਕਦੇ ਆ ਕਿ ਸੋਸ਼ਲ ਮੀਡੀਆ ਦੇ ਉੱਤੇ 70 ਲੱਖ ਲੋਕਾਂ ਨੇ ਗਦੇ ਨੂੰ ਮੱਥਾ ਟੇਕਿਆ ਹੁਣ ਜਿਹੜੇ ਦੇਸ਼ ਦੇ ਲੋਕ ਗਦੇ ਨੂੰ ਮੱਥਾ ਟੇਕ ਰਹੇ ਨੇ ਯਾਰ ਉਸ ਮੁਲਕ ਦਾ ਬਣੋ ਕੀ ਕਿਵੇਂ ਅੱਗੇ ਵਧਣਗੇ ਲੋਕੋ ਲੇਕ ਤੇ ਕਿਵੇਂ ਉਹਨਾਂ ਲੋਕਾਂ ਦੀ ਜੂਨ ਸੁਧਰੂਗੀ ਜਿਹੜੇ ਲੋਕ 70 ਲੱਖ ਲੋਕ ਗਧੇ ਲੈ ਕੇ ਘਰ ਰਿਹਾ ਤੇ ਹੁਣ ਅਸੀਂ ਦੇਖਣਾਗਾ ਕਿ ਉਹ ਗਦਾ ਜਿਹੜਾ ਹੈਗਾ ਉਹ ਟ੍ਰੈਨ ਕੀਤਾ ਹੋਇਆ ਹੈ ਇਹ ਗਲਤ ਧਿਆਨ ਦਿਓ ਕਿ ਸਰਕਸ ਦੇ ਵਿੱਚ ਹੁਣ ਤਾਂ ਸਰਕਸ ਦੇ ਜਾਨਵਰਾਂ ਦੀ ਭਵਨ ਦੀ ਲਾਤੀ ਨਹੀਂ ਆਉਂਦੇਗੇ ਉੱਤੇ ਸ਼ੇਰ ਹਾਥੀ ਚੀਤੇ ਕੋੜੇ ਬੰਦਰ ਤੇ ਕੁੱਤੇ ਬਿੱਲੇ ਜਿਹੜੇ ਜਾਨਵਰ ਆ ਉਸੇ ਟ੍ਰੇਨ ਕੀਤਾ ਹੁੰਦੇ ਨੇ ਉਹ ਬਕਾਇਦਾ ਸਾਈਕਲ ਵੀ ਚਲਾਉਂਦੇ ਨੇ ਉਹ ਮੋਟਰਕਾਰ ਵੀ ਚਲਾਉਂਦੇ ਨੇ ਉਹ ਝੂਲੇ ਦੇ ਵੀ ਝੂਲਦੇ ਨੇ ਜਾਨਵਰ ਤੇ ਜੇ ਇੱਕ ਗਧੇ ਨੂੰ ਟ੍ਰੇਨਿੰਗ ਦੇ ਕੇ ਕੁਝ ਗੱਲਾਂ ਸਿਖਾ ਕੇ ਕੀਤਾ ਉਹਨੂੰ ਲੈ ਲਿਆ ਲੋਕਾਂ ਦੇ ਵਿੱਚ ਕਿ ਕਿਸੇ ਨੇ ਦਿਮਾਗ ਲਾਇਆ ਯਾਰ ਵੀ ਸਰਕਸ ਦੇ ਵਿੱਚ ਇਹੀ ਜਾਨਵਰ ਕੰਮ ਕਰਦੇ ਨੇ ਇਹੀ ਕੰਮ ਉਹ ਗਧਾ ਕਰ ਰਿਹਾ ਹੈ ਪਰ ਸਾਡੇ ਲੋਕਾਂ ਨੇ ਗਦੇ ਨੂੰ ਲਾਇਕ ਕੀਤਾ ਜਿਹੜੇ ਲੋਕ ਗਦੇ ਨੂੰ ਲਾਇਕ ਕਰਦੇ ਨੇ ਫਿਰ ਉਹਨਾਂ ਲੋਕਾਂ ਦੀ ਮਾਨਸਿਕਤਾ ਉਹ ਲੋਕ ਕਿੰਨੇ ਅੱਗੇ ਵਧਣਗੇ ਇਹ ਸੋਚਣ ਦਾ ਵਿਸ਼ਾ ਤੇ ਅਫਸੋਸ ਨਾਲ ਕਿ ਵਿਸ਼ਾ ਵੀ ਹੈ ਸੋ ਦੋਸਤੋ ਜਿੰਨਾ ਚਿਰ ਤੁਸੀਂ ਗਦੇ ਨੂੰ ਲਾਇਕ ਕਰਦੇ ਰਹੋਗੇ ਨਾ ਕਦੇ ਵੀ ਜ਼ਿੰਦਗੀ ਦੇ ਵਿੱਚ ਤੁਸੀਂ ਕਾਮਯਾਬ ਨਹੀਂ ਹੋ ਸਕੋਗੇ ਕਦੇ ਵੀ ਅੱਗੇ ਨਹੀਂ ਵਧ ਸਕੋਗੇ ਸੋ ਤੁਸੀਂ ਇਹਨਾਂ ਤੋਂ ਨਿਕਲ ਤੋਂ ਨਿਕਲਣਾ ਪੈਣਾ ਤੋਂ ਇਹਨਾਂ ਦੀਆਂ ਗੱਲਾਂ ਤੋਂ ਵਿਗਿਆਨ ਨੂੰ ਬਣਾਉਣਾ ਹੈ ਹੁਣ ਵਿਗਿਆਨ ਉਹ ਲੋਕ ਅੱਗੇ ਕਿਵੇਂ ਵਧੇ ਫੋਰਨ ਕੰਟਰੀ ਦੇ ਅਗਲੀ ਵੀਡੀਓ ਵਿੱਚ ਮੈਂ ਤੁਹਾਡੇ ਸਭ ਨੂੰ ਲੈ ਕੇ ਆਉਂਗਾ ਤੇ ਉਦੋਂ ਪਹਿਲਾਂ ਤੁਹਾਨੂੰ ਸੋਚਣੀ ਲੋੜ ਹੈ ਕਿ ਕੀ ਅਸੀਂ ਗੱਦੇ ਨੂੰ ਲੈ ਕੇ ਕਰਨਾ ਹੈ ਜਾਂ ਅਸੀਂ ਵਿਗਿਆਨ ਨੂੰ ਇਹ ਜਦੀਰ ਅੱਗੇ ਵਧਣਾ ਹੈਗਾ ਮਿਲਦੇ ਆ ਅਗਲੀ ਵੀਡੀਓ ਵਿੱਚ